ਨੂੰ ਸੁਨੇਹਾ ਲੈ ਜਾਵੀ ਓਏ ਹੇਮਕੁੰਟ ਜਾਣ ਵਾਲਿਆ। ਹੇਮਕੁੰਟ ਨੂੰ ਪਿਆਰੇ ਜਾਣ ਵਾਲਿਆ, ਹੇਮਕੁੰਟ ਨੂੰ ਪਿਆਰੇ ਜਾਣ ਵਾਲਿਆ, ਮੇਰੇ ਗੁਰਾਂ ਨੂੰ ਸੁਨੇਹਾ ਲੈ ਜਾਵੀ ਓਏ ਹੇਮਕੁੰਟ ਜਾਣ ਵਾਲਿਆ। ਇੱਕ ਗੁਰਸਿੱਖ ਜੋੜੀ ਜੋ ਕਿ ਬੜੀ ਗਰੀਬੀ ਦੀ ਹਾਲਤ ਦੇ ਵਿੱਚ ਹੈ, ਉਹਨਾਂ ਦਾ ਦਿਲ ਬੜਾ ਕਰਦਾ ਹੈ ਕਿ ਸ਼੍ਰੀ ਹੇਮਕੁੰਟ ਸਾਹਿਬ ਦੇ ਜਾ ਕੇ ਸੰਗਤ ਦੇ ਨਾਲ ਦਰਸ਼ਨ ਕਰੀਏ। ਪਰ ਸਾਧ ਸੰਗਤ, ਪੈਸਾ ਧੇਲਾ ਪੱਲੇ ਨਹੀਂ, ਗਰੀਬੀ ਦੀ ਹਾਲਤ ਦੇ ਵਿੱਚ ਨੇ, ਅਤੇ ਸਾਧ ਸੰਗਤ ਦੋਨੋਂ ਜਣੇ, ਕੋਈ ਔਲਾਦ ਕੋਈ ਸੰਤਾਨ ਨਹੀਂ, ਅਤੇ ਸ਼੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਗੁਰੂ ਦੇ ਪਿਆਰਿਆਂ ਨੂੰ ਉਹ ਸੁਨੇਹਾ ਦੇ ਰਹੇ ਨੇ, ਆਖ ਰਹੇ ਨੇ ਕਿ ਹੇ ਗੁਰੂ ਦੇ ਪਿਆਰਿਓ, ਸਾਡੇ ਵੱਲੋਂ ਕਲਗੀਧਰ ਪਾਤਸ਼ਾਹ ਨੂੰ ਸੁਨੇਹਾ ਲੈ ਜਾਓ। ਮੇਰੇ ਗੁਰਾਂ ਨੂੰ ਸੁਨੇਹਾ ਲੈ ਜਾਵੀ ਓਏ ਹੇਮਕੁੰਟ ਜਾਣ ਵਾਲਿਆ, ਹੇਮਕੁੰਟ ਨੂੰ ਪਿਆਰੇ ਜਾਣ ਵਾਲਿਆ, ਹੇਮਕੁੰਟ ਨੂੰ ਪਿਆਰੇ ਜਾਣ ਵਾਲਿਆ, ਮੇਰੇ ਗੁਰਾਂ ਨੂੰ ਸੁਨੇਹਾ ਲੈ ਜਾਵੀ ਓਏ ਹੇਮਕੁੰਟ ਜਾਣ ਵਾਲਿਆ, ਆਖੀ ਮੇਰੇ ਸਤਿਗੁਰ ਜੀ ਨੂੰ ਸੇਵਕ ਚੇਤੇ ਕਰਦਾ ਸੀ, ਗਰੀਬ ਨਿਮਾਣਾ ਸੇਵਕ ਤੇਰਾ ਮਨ ਵਿੱਚ ਆਹਾ ਭਰਦਾ ਸੀ, ਕਦੋਂ ਹੋਣਗੇ ਦੀਦਾਰੇ ਤੇਰੇ ਮਾਲਕਾ, ਸੀਨੇ ਨਾਲ ਲਾਉਣ ਵਾਲਿਆ, ਗੁਰਾਂ ਨੂੰ ਸੁਨੇਹਾ ਲੈ ਜਾਵੀ ਓਏ ਹੇਮਕੁੰਟ ਜਾਣ ਵਾਲਿਆ, ਪੈਸਾ ਧੇਲਾ ਪੱਲੇ ਹੈ ਨੀ ਕਿਵੇਂ ਦਾਦਾ ਜੀ ਆਵਾਂ ਮੈਂ, ਧਨ ਲਕਸ਼ਮੀ ਦੀ ਬਖਸ਼ਿਸ਼ ਕਰ ਦਿਓ ਚੱਲ ਦੁਆਰੇ ਆਵਾਂ ਮੈਂ, ਕਰ ਕਿਰਪਾ ਬੁਲਾ ਲੈ ਮੈਨੂੰ ਦਾਤਿਆ
ਨਿਮਾਣਿਆ ਦਿਵਾਣ ਵਾਲਿਆ ਨੂੰ ਸੁਨੇਹਾ ਲੈ ਜਾਵੀ ਓਏ ਹੇਮਕੁੰਟ ਜਾਣ ਵਾਲਿਆ ਤੇ ਰੋਗਾਂ ਵਿੱਚ ਰਹਿੰਦਾ ਮੇਰੀ ਲੈ ਲੋ ਸਾਰ ਗੁਰੂ ਰੋਗਾਂ ਤੇ ਸੋਗਾਂ ਚੋਂ ਕੱਢ ਕੇ ਕਰ ਦਿਓ ਮੈਨੂੰ ਪਾਰ ਗੁਰੂ ਕੱਟ ਕਸ਼ਟ ਬਚਾ ਲੈ ਮੇਰੇ ਸ਼ੈਨ ਸ਼ਾਹ ਨਿਤਾਣਿਆਂ ਦੇ ਤਾਣ ਵਾਲਿਆ ਗੁਰਾਨੂੰ ਸੁਨੇਹਾ ਲੈ ਜਾਵੀ ਓਏ ਹੇਮਕੁੰਟ ਜਾਣ ਵਾਲਿਆ ਦਰ ਤੇ ਜੋ ਵੀ ਆਵੇ ਝੋਲੀਆਂ ਭਰ ਕੇ ਲੈ ਜਾਵੇ ਮਨ ਚਿੰਦਿਆ ਫਲ ਪਾਵੇ ਦਾਤਾ ਜੋ ਆਵੇ ਸੋ ਤਰ ਜਾਵੇ ਤੇਰੇ ਦਰ ਤੇ ਗਰੀਬ ਜੋ ਵੀ ਆ ਗਿਆ ਦਾਤਾ ਸਾਰ ਲੈਣ ਵਾਲਿਆ ਗੁਰਾਨੂੰ ਸੁਨੇਹਾ ਲੈ ਜਾਵੀ ਓਏ ਹੇਮਕੁੰਟ ਜਾਣ ਵਾਲਿਆ ਸੰਗਤਾਂ ਦੇ ਚਰਨਾਂ ਦੀ ਧੂੜੀ ਮੈਂ ਦਾਤਿਆਂ ਬਣ ਜਾਵਾਂ ਚੰਦਨ ਦੀ ਅਰਦਾਸ ਬੇਨਤੀ ਭਵ ਸਾਗਰ ਚੋਂ ਤਰ ਜਾਵਾਂ ਤੇਰੀ ਮਹਿਮਾ ਨੂੰ ਗਾਵਾਂ ਮੇਰੇ ਪਿਆਰਿਆ ਸਿੱਧੇ ਰਾਹ ਪਾਉਣ ਵਾਲਿਆ ਗੁਰਾਨੂੰ ਸੁਨੇਹਾ ਲੈ ਜਾਵੀ ਓਏ ਹੇਮਕੁੰਟ ਜਾਣ ਵਾਲਿਆ ਹੇਮਕੁੰਟ ਨੂੰ ਪਿਆਰੇ ਜਾਣ ਵਾਲਿਆ ਗੁਰਾਨੂੰ ਸੁਨੇਹਾ ਲੈ ਜਾਵੀ ਓਏ ਹੇਮਕੁੰਟ ਜਾਣ ਵਾਲਿਆ ਗੁਰੂ ਪਿਆਰਿਓ ਉਹ ਗੁਰਸਿੱਖ ਜੋੜੀ
ਜੋ ਕਿ ਬੜੀ ਗਰੀਬੀ ਦੀ ਹਾਲਤ ਦੇ ਵਿੱਚ ਹੈ। ਉਮਰ ਵਡੇਰੀ ਹੋ ਚੱਲੀ ਹੈ, ਘਰ ਕੋਈ ਸੰਤਾਨ ਵੀ ਨਹੀਂ, ਸਰੀਰ ਰੋਗਾਂ ਦੇ ਨਾਲ ਜਕੜੇ ਹੋਏ ਨੇ ਤੇ ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਗੁਰੂ ਦੇ ਪਿਆਰਿਆਂ ਨੂੰ ਆਖ ਰਹੇ ਨੇ ਕਿ ਗੁਰਸਿੱਖੋ, ਹੇ ਗੁਰੂ ਪਿਆਰਿਓ, ਸਾਡੇ ਵੱਲੋਂ ਉਸ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਿਆ ਜੇ ਕਿ ਹੇ ਕਲਗੀਧਰ ਪਾਤਸ਼ਾਹ, ਅਸੀਂ ਤੇਰੇ ਦਰ ਤੇ ਆਵਾਂਗੇ, ਤੂੰ ਸਾਨੂੰ ਸ਼ਕਤੀ ਬਖਸ਼, ਤੂੰ ਸਾਨੂੰ ਇੱਕ ਪੁੱਤਰ ਦੀ ਦਾਤ ਬਖਸ਼ ਦੇਵੇਂ, ਸਾਡੇ 'ਚ ਸਮਰੱਥਾ ਕਰ ਦੇਵੇਂ, ਤਾਂ ਅਸੀਂ ਆ ਕੇ ਤੇਰੇ ਦਰ ਤੇ ਪਾਤਸ਼ਾਹ ਤੇਰਾ ਸ਼ੁਕਰਾਨਾ ਕਰਾਂਗੇ। ਤਾਂ ਸਾਧ ਸੰਗਤ, ਉਹ ਗੁਰਸਿੱਖ ਜੋੜਾ ਬੜਾ ਗੁਰਮੁਖ ਸ਼ਰਧਾਵਾਨ ਤੇ ਗੁਰੂ ਦੇ ਚਰਨਾਂ ਦੇ ਪਿਆਰ ਵਾਲਾ ਸੀ, ਹਰ ਰੋਜ਼ ਅਰਦਾਸਾਂ ਕਰਦੇ। ਤਾਂ ਇੱਕ ਦਿਨ ਉਸ ਗੁਰਸਿੱਖ ਦੇ ਘਰਵਾਲੀ ਨੂੰ, ਬੀਬੀ ਨੂੰ ਸੁਪਨਾ ਆਇਆ, ਸੁਪਨਾ ਆਇਆ ਤੇ ਇੱਕ ਸਾਧੂ ਸੰਤ ਮਹਾਤਮਾ ਸੁਪਨੇ ਵਿੱਚ ਉਸ ਨੂੰ ਨਜ਼ਰੀ ਆਏ ਤੇ ਉਹਨਾਂ ਨੇ ਆਖਿਆ ਕਿ ਬੀਬੀ, ਸਤਿਗੁਰੂ ਨਾਨਕ ਕਲਗੀਧਰ ਪਾਤਸ਼ਾਹ ਤੇਰੇ ਤੇ ਪ੍ਰਸੰਨ ਨੇ, ਤੇਰੇ ਘਰ ਬੱਚਾ ਹੋਏਗਾ ਅਤੇ ਉਸ ਦੇ ਖੱਬੇ ਕੰਨ ਦੇ ਪਾਸੇ ਇੱਕ ਨਿਸ਼ਾਨ ਹੋਏਗਾ। ਤਾਂ ਦੂਸਰੇ ਦਿਨ ਸਾਧ ਸੰਗਤ ਬੀਬੀ ਨੇ ਇਹ ਸੁਪਨਾ ਆਪਣੇ ਘਰ ਵਾਲੇ ਨੂੰ, ਪਤੀ ਨੂੰ ਸੁਣਾਇਆ ਤੇ ਦਿਨ ਰਾਤ ਸਿਮਰਨ ਵਿੱਚ ਜੁਟ ਗਈ ਤੇ ਗੁਰੂ ਪਿਆਰਿਓ, ਐਸੀ ਕਲਗੀਧਰ ਦੀ ਬਖਸ਼ਿਸ਼ ਹੋਈ ਕਿ ਇਹਨਾਂ ਦੇ ਘਰ ਇੱਕ ਬੜੇ ਸੁੰਦਰ ਪੁੱਤਰ ਨੇ, ਲੜਕੇ ਨੇ ਜਨਮ ਲਿਆ ਤੇ ਵਾਕਿਆ ਹੀ ਜਿਸ ਦੇ ਖੱਬੇ ਕੰਨ ਉੱਤੇ ਉਹਦਾ ਨਿਸ਼ਾਨ ਸੀ। ਤਾਂ ਗੁਰੂ ਪਿਆਰਿਓ, ਇਹ ਗੁਰਸਿੱਖ ਜੋੜੀ ਜਦੋਂ ਬੱਚੇ ਨੂੰ ਵੇਖਦੀ ਤਾਂ ਇਹਨਾਂ ਨੂੰ ਸ੍ਰੀ ਹੇਮਕੁੰਟ ਸਾਹਿਬ ਦੀ ਵਾਰ ਵਾਰ ਯਾਦ ਆਉਂਦੀ। ਜਦੋਂ ਬੱਚਾ ਵੱਡਾ ਹੋਇਆ ਹੈ ਨਾ, ਤਾਂ ਵੇਖੋ ਜਿੱਥੇ ਪੁੱਤਰ ਨੇ ਘਰ ਜਨਮ ਲਿਆ ਹੈ ਨਾ, ਤਾਂ ਉੱਥੇ ਗਰੀਬੀ ਵੀ ਦੂਰ ਹੋ ਗਈ। ਐਸੀ ਕਲਗੀਧਰ ਦੀ ਰਹਿਮਤ ਬਖਸ਼ਿਸ਼ ਹੋਈ, ਪੁੱਤਰ ਹੋਇਆ ਤੇ ਗਰੀਬੀ ਕੰਗਾਲੀ ਵੀ ਦੂਰ ਹੋ ਗਈ, ਧਨ ਵੀ ਆ ਗਏ ਤੇ ਜਦੋਂ ਪੁੱਤਰ ਤੁਰਨ ਜੋਗਾ ਹੋ ਗਿਆ ਨਾ, ਤੇ ਸੰਗਤ ਦੇ ਨਾਲ ਇਹ ਗੁਰਸਿੱਖ ਜੋੜੀ ਚੱਲ ਪਈ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ। ਤਾਂ ਸਾਧ ਸੰਗਤ, ਐਸਾ ਹੋਇਆ ਕਿ ਸੰਗਤ ਦੇ ਨਾਲ ਜਦੋਂ ਜਾ ਰਹੇ ਸਨ ਨਾ, ਤੇ ਸੰਗਤ ਨਾਲੋਂ ਵਿਛੜ ਗਏ ਇਹ ਗੁਰਸਿੱਖ ਜੋੜੀ ਤੇ ਉਹਨਾਂ ਦਾ ਪੁੱਤਰ। ਜਦੋਂ ਵਿਛੜ ਗਏ ਤਾਂ ਸਾਧ ਸੰਗਤ ਇੱਕ ਅੱਗੇ ਵੇਖਿਆ ਕਿ ਸੜਕ ਟੁੱਟੀ ਹੋਈ ਹੈ, ਰਸਤਾ ਬੰਦ ਹੈ, ਬਾਕੀ ਸਾਰੇ ਰੁਕ ਗਏ ਤੇ ਇਸ ਜੋੜੀ ਨੇ ਮਨ ਵਿੱਚ ਧਾਰ ਲਿਆ ਕਿ ਰੁਕਣਾ ਨਹੀਂ ਹੈ, ਵਾਹਿਗੁਰੂ ਵਾਹਿਗੁਰੂ ਕਹਿੰਦੇ ਤੁਰੇ ਜਾਣਾ। ਤਾਂ ਸਾਧ ਸੰਗਤ ਇੱਕ ਐਸੀ ਜਗ੍ਹਾ ਆਈ, 10 ਫੁੱਟ ਉੱਚੀ ਚੜ੍ਹਾਈ, ਬਿਲਕੁਲ ਉੱਪਰ ਨੂੰ ਸਿੱਧੀ, ਇਹ ਗੁਰਸਿੱਖ ਜੋੜੀ ਘਬਰਾ ਗਈ ਕਿ ਆਪ ਕਿਵੇਂ ਚੜ੍ਹਾਂਗੇ ਤੇ ਬੱਚੇ ਨੂੰ ਕਿਵੇਂ ਚੜ੍ਹਾਵਾਂਗੇ।
ਅਰਦਾਸ ਕਰਨ ਲੱਗੇ ਕਿ ਹੇ ਕਲਗੀਧਰ ਪਾਤਸ਼ਾਹ, ਜਿਸ ਤਰ੍ਹਾਂ ਅੱਗੇ ਆਪਨੇ ਸਾਡੀ ਗਰੀਬਾਂ ਦੀ ਨਿਮਾਣਿਆਂ ਦੀ ਸੁਣੀ ਹੈ ਨਾ, ਹੁਣ ਵੀ ਸੁਣੋ ਪਾਤਸ਼ਾਹ, ਸਾਡੀ ਸਹਾਇਤਾ ਕਰੋ। ਤਾਂ ਸਾਧ ਸੰਗਤ, ਇੰਨੇ ਚਿਰ ਨੂੰ ਇੱਕ ਨੌਜਵਾਨ ਨੀਲੀ ਦਸਤਾਰ ਬੰਨੀ ਹੋਈ ਹੈ, ਉੱਪਰ ਆ ਗਿਆ। ਉਸਨੇ ਖੂੰਡੀ ਲਮਕਾਈ ਤੇ ਆਖਿਆ ਕਿ ਇਸ ਨੂੰ ਫੜ ਲਓ, ਮੈਂ ਤੁਹਾਨੂੰ ਉੱਪਰ ਖਿੱਚ ਲਵਾਂਗਾ। ਤਾਂ ਸਾਧ ਸੰਗਤ, ਗੁਰਸਿੱਖ ਜੋੜੀ ਨੇ ਵਾਰ ਵਾਰ ਖੂੰਡੀ ਫੜ ਕੇ ਵਾਰੋ ਵਾਰੀ ਉੱਪਰ ਚਲੇ ਗਏ। ਤੇ ਜਦੋਂ ਉੱਪਰ ਚਲੇ ਗਏ ਨਾ, ਤਾਂ ਇਸ ਜੋੜੀ ਨੂੰ ਬੜੀ ਪਿਆਸ ਲੱਗੀ। ਇੱਧਰ ਉੱਧਰ ਵੇਖਣ ਲੱਗੇ, ਜੇ ਜਲ ਮਿਲੇ ਤਾਂ ਪੀ ਲਈਏ, ਕਿਤੇ ਪਾਣੀ ਨਾ ਨਜ਼ਰ ਆਇਆ। ਤਾਂ ਸਾਧ ਸੰਗਤ, ਇਹ ਜੋੜੀ ਵੇਖ ਰਹੀ ਹੈ ਕਿ ਉਹ ਖੂੰਡੀ ਵਾਲਾ ਜਵਾਨ ਕਿੱਧਰ ਗਿਆ। ਉਹ ਹੁਣੇ ਤਾਂ ਅਜੇ ਇੱਥੇ ਸੀ ਤੇ ਇੱਕ ਸਕਿੰਟ ਦੇ ਅੰਦਰ ਕਿੱਧਰ ਅਲੋਪ ਹੋ ਗਿਆ। ਤਾਂ ਗੁਰੂ ਪਿਆਰਿਓ, ਉਹ ਕੌਣ ਸੀ? ਉਹ ਤਾਂ ਕਲਗੀਧਰ ਪਾਤਸ਼ਾਹ ਦਾ ਭੇਜਿਆ ਹੋਇਆ ਸੇਵਾਦਾਰ ਸੀ, ਗੁਰਸਿੱਖ ਜੋੜੀ ਤੇ ਉਹਨਾਂ ਦਾ ਬੱਚਾ ਪਾਣੀ ਪਾਣੀ ਕਰ ਰਹੇ ਨੇ। ਬੱਚਾ ਵੀ ਕਹਿੰਦਾ ਕਿ ਮੰਮੀ, ਪਿਆਸ ਲੱਗੀ ਹੈ, ਪਾਣੀ ਪਿਆਓ। ਜੰਗਲ ਵਿੱਚ ਪਾਣੀ ਕੌਣ ਪਿਆਵੇ? ਤਾਂ ਉਸ ਗੁਰਸਿੱਖ ਜੋੜੀ ਨੂੰ ਖਿਆਲ ਆਇਆ ਕਿ ਆਉਣ ਜਾਣ ਵਾਲੀਆਂ ਸੰਗਤਾਂ ਦੇ ਪਾਸੋਂ ਸੁਣਦੇ ਹੁੰਦੇ ਹੈ ਕਿ ਇੱਥੇ ਇੱਕ ਸੇਵਕ ਸੇਵਾਦਾਰ ਸੰਗਤਾਂ ਨੂੰ ਜਲ ਛਕਾਉਣ ਦੀ ਨਿਸ਼ਕਾਮ ਸੇਵਾ ਕਰਦਾ ਹੈ, ਤੇ ਸੰਗਤਾਂ ਨੇ ਉਸ ਦਾ ਨਾਮ ਭਾਈ ਕਨ੍ਹਈਆ ਰੱਖ ਦਿੱਤਾ। ਤੇ ਜੇ ਉਹ ਆ ਜੇ ਨਾ, ਤਾਂ ਅਸੀਂ ਆਪਣੀ ਪਿਆਸ ਬੁਝਾ ਲਈਏ ਉਸ ਪਾਸੋਂ ਜਲ ਛੱਕ ਕੇ। ਤਾਂ ਸਾਧ ਸੰਗਤ ਫਿਰ ਅਰਦਾਸ ਕਰਨ ਲੱਗੇ, ਕਲਗੀਧਰ ਪਾਤਸ਼ਾਹ ਕਰੋ ਕਿਰਪਾ। ਤਾਂ ਸਾਧ ਸੰਗਤ, ਥੋੜ੍ਹੀ ਦੇਰ ਬਾਅਦ ਉਹ ਸੇਵਕ ਸੇਵਾਦਾਰ ਗਲ ਵਿੱਚ ਚਾਰ ਬੋਤਲਾਂ ਪਾਈ ਉੱਪਰ ਆ ਗਿਆ ਤੇ ਕਹਿੰਦਾ, ਮਾਤਾ ਜੀ ਜਲ ਪੀਓ। ਤੇ ਉਹ ਬੀਬੀ ਕਹਿੰਦੀ, ਭਾਈ ਕਨ੍ਹਈਆ, ਤੇਰੀ ਉਮਰ ਬਹੁਤ ਵੱਡੀ ਹੈ, ਪਿਆਸ ਡਾਢੀ ਲੱਗੀ ਹੋਈ ਸੀ, ਤੈਨੂੰ ਹੀ ਯਾਦ ਕਰ ਰਹੀ ਸੀ। ਤਾਂ ਗੁਰੂ ਪਿਆਰਿਓ, ਪਾਣੀ ਪੀਤਾ ਤੇ ਉਹ ਗੁਰਸਿੱਖ ਜੋੜੀ ਆਪਣੇ ਜਥੇ ਦੇ ਨਾਲ ਜਿਸ ਸੰਗਤ ਦੇ ਨਾਲ ਆਏ ਸਨ ਮਿਲ ਗਏ। ਤਾਂ ਸਾਧ ਸੰਗਤ, ਜਦੋਂ ਫੇਰ ਲੋੜ ਪਈ ਨਾ ਪਾਣੀ ਦੀ, ਇੱਧਰ ਉੱਧਰ ਗੁਰਸਿੱਖ ਜੋੜੀ ਨੇ ਵੇਖਿਆ ਪਰ ਉਹ ਸੇਵਾਦਾਰ ਨਾ ਦਿਸਿਆ। ਦੋ ਤਿੰਨ ਹੋਰ ਬੀਬੀਆਂ ਤੋਂ ਪੁੱਛਿਆ ਤਾਂ ਪਤਾ ਲੱਗਿਆ ਕਿ ਉਹ ਸੇਵਾਦਾਰ ਤਾਂ ਕੱਲ ਸ੍ਰੀਨਗਰ ਵਿਖੇ ਸੰਗਤ ਨੇ ਵੇਖਿਆ ਸੀ, ਉਹ ਸਮਾਨ ਲਦਵਾ ਕੇ ਭੇਜ ਰਹੇ ਸਨ। ਤਾਂ ਗੁਰਸਿੱਖ ਜੋੜੀ ਬੜੀ ਹੈਰਾਨ ਹੋਈ, ਆਪਸ ਵਿੱਚ ਗੱਲ ਕਰ ਰਹੇ ਨੇ ਕਿ ਉਹਨਾਂ ਨੂੰ ਤਾਂ ਉਸ ਭਾਈ ਕਨ੍ਹਈਏ ਨੂੰ, ਉਸ ਗੁਰੂ ਦੇ ਪਿਆਰੇ ਨੂੰ ਤਾਂ ਅਸੀਂ ਹੁਣ ਇੱਥੇ ਵੇਖਿਆ ਸੀ, ਅਸੀਂ ਪਾਣੀ ਪੀਤਾ। ਤਾਂ ਸਾਧ ਸੰਗਤ, ਸਾਰੀ ਸੰਗਤ ਬੜੀ ਹੈਰਾਨ ਹੈ। ਦੂਸਰੇ ਦਿਨ ਜਦੋਂ ਗੋਬਿੰਦ ਘਾਟ ਤੇ ਉਹ ਸੇਵਾਦਾਰ ਮਿਲਿਆ, ਉਹਨੂੰ ਪੁੱਛਿਆ ਤਾਂ ਉਹ ਕਹਿੰਦਾ, ਮਾਤਾ ਜੀ ਮੈਂ ਤਾਂ ਰਾਤ ਨੂੰ ਬੜਾ ਲੇਟ ਆਖਰੀ ਬੱਸ ਤੇ ਸ੍ਰੀਨਗਰ ਤੋਂ ਚੱਲਿਆ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਮੇਰੀ ਡਿਊਟੀ ਤਾਂ ਸਮਾਨ ਭੇਜਣ ਤੇ ਲਗਾ ਦਿੱਤੀ ਸੀ, ਪਾਣੀ ਦੀ ਮੈਂ ਸੇਵਾ ਕੱਲ ਨਹੀਂ ਕਰ ਸਕਿਆ। ਤਾਂ ਸਾਧ ਸੰਗਤ, ਇਹ ਗੱਲ ਸੁਣ ਕੇ ਉਸ ਗੁਰਸਿੱਖ ਜੋੜੀ ਦੇ ਸਾਰੀ ਸੰਗਤ ਦੇ ਹੱਥ ਜੁੜ ਗਏ, ਮੁੜ ਮੁੜ
बार बार नमस्कार कर रहे ने, आख रहे ने, हे कलगीधर सतगुरु पातशाह तू धन है, तेरे चोज निराले ने, तू दर आए बच्चे बच्चियां दी तत छिन सहायता करदा है। सचमुच तू बिरध पालक है, वाकई अपने सेवक की आपे राखै, आपे नाम जपावै, जह जह काज किरत सेवक की तहां तहां उठतावै। हे कलगीधर पातशाह आपने बड़ी कृपा कीती है, गरीबा निमाणिया नताणिया दी पैज रखी है, ते गुरु प्यारेओ जे कोई भी गुरसिख गुरु दा प्यारा मन विच श्रद्धा धार के शुद्ध हिरदे नाल श्री हेमकुंड साहब दे दर्शना वास्ते जांदा है, ते कलगीधर पातशाह उसनू बिना मंगियां मुरादा बख्श देंदे ने, खुशियां नाल झोलियां भर देंदे ने। मेरे गुरानू सुनेहा लै जामी ओए हेमकुंट जान वालिया, हेमकुंट नू प्यारे जान वालिया, हेमकुंट नू प्यारे जान वालिया, मेरे गुरानू सुनेहा लै जामी ओए हेमकुंट जान वालिया, प्यारेओ जदों कोई गुरसिख गुरु दी प्यारी संगत श्री हेमकुंट साहब विखे दर्शनां नूं जांदी है ना, तां हर औकड़ दुख समय कलगीधर पातशाह अपने सेवकां दा, अपनियां प्यारियां संगतां दा साथ देंदे ने, सहायता करदे ने। एक बार ता सात संगत चार मतावां चार बीबियां हेमकुंट साहब दे दर्शनां नूं जदों तुरियां, ता सात संगत जदों तुरियां जा रहियां ने ता अगे रस्ते विच बर्फ पई हुई सी, रस्ते दा कुछ पता ना लगे, ता सात संगत ए भी डर सी कि जे किधरे पैर तिलक गया ता मारियां जावांगी, बड़ियां उदास ने, अद विचकार पिछे मुड़ नहीं सकदियां। ता साध संगत हेठां जाण दा रस्ता नहीं लभदा, रस्ते विच बर्फ है, सारियां ने उन्हां मतावां ने ओ बीबियां ने गल विच पल्ला पाके कीती अरदास के हे कलगीधर पातशाह, हे सतगुरु अपनियां बच्चियां दी सहायता करो, औकड़ तों बचाओ। तां वेखो कलगीधर पातशाह दे चोज थोड़ी देर बाद एक घोड़ा जिस उत्ते बड़ी सुंदर काठी पाई हुई है आ गया, घोड़े उत्ते कोई सवार नहीं सी ते ना ही इस दे नाल कोई मालक सी। ता गुरु प्यारेओ एक घोड़ा मतावां कोल कुछ चिर रुक के हेठां नूं उतरन लग्या, ते बीबियां ने इन्हां मतावां ने जान लिया कि इह सानूं रस्ता दिखाउण दा साधन ਇਹ ਕਲਗੀਧਰ ਪਾਤਸ਼ਾਹ ਨੇ ਆਪ ਘੱਲਿਆ, ਤੇ ਘੋੜਾ ਹੌਲੀ ਹੌਲੀ ਤੁਰਨ ਲੱਗਿਆ, ਤੇ ਉਹ ਬੀਬੀਆਂ ਉਸ ਘੋੜੇ ਦੇ ਮਗਰ
ਪੈਰ ਵਿੱਚ ਪੈਰ ਰੱਖ ਕੇ ਚੱਲ ਪਈਆਂ। ਤਾਂ ਘੋੜਾ ਇਹਨਾਂ ਮਤਾਵਾਂ ਨੂੰ ਸਾਧ ਸੰਗਤ ਗੋਬਿੰਦ ਧਾਮ ਤੱਕ ਲੈ ਆਇਆ। ਜਦੋਂ ਇਹ ਨਿਸ਼ਾਨ ਸਾਹਿਬ ਦੇ ਕੋਲ ਪੁੱਜਿਆ, ਮਤਾਵਾਂ ਮੱਥਾ ਟੇਕਣ ਲੱਗੀਆਂ ਤੇ ਘੋੜਾ ਜੰਗਲ ਵੱਲ ਨੂੰ ਚਲਿਆ ਗਿਆ। ਉਹ ਬੀਬੀਆਂ ਬੜੀਆਂ ਹੈਰਾਨ ਨੇ, ਬਈ ਘੋੜੇ ਦਾ ਮਾਲਕ ਕੌਣ ਹੈ, ਇਹ ਕਿਵੇਂ ਬਗੈਰ ਮਾਲਕ ਤੋਂ ਤੁਰਿਆ ਫਿਰਦਾ, ਸਾਨੂੰ ਇੱਥੇ ਪਹੁੰਚਾ ਦਿੱਤਾ, ਵਾਪਸ ਚਲਿਆ ਗਿਆ। ਇੱਕ ਬੀਬੀ ਕਹਿੰਦੀ, ਭੈਣ ਇਹ ਤਾਂ ਕਲਗੀਧਰ ਪਾਤਸ਼ਾਹ ਨੇ, ਉਹਨਾਂ ਨੇ ਇਹ ਘੋੜਾ ਘੱਲਿਆ ਸੀ ਸਾਨੂੰ ਰਸਤਾ ਦਿਖਾਉਣ ਵਾਸਤੇ। ਉਸ ਸਮਰੱਥ ਪਿਤਾ ਨੇ ਸਾਡੀ ਅਗਵਾਈ ਲਈ ਘੋੜਾ ਭੇਜਿਆ। ਭੈਣ ਜਿਸ ਦਾ ਮਾਲਕ ਉਹ ਆਪ ਹੈ, ਹੋਰ ਭੇਜਣ ਵਾਲਾ ਕੌਣ ਹੈ? ਤਾਂ ਗੁਰੂ ਪਿਆਰਿਓ, ਉਹ ਮਤਾਵਾਂ, ਉਹ ਬੀਬੀਆਂ ਕਲਗੀਧਰ ਪਾਤਸ਼ਾਹ ਦਾ ਸ਼ੁਕਰਾਨਾ ਕਰ ਰਹੀਆਂ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਗੀਤ ਗਾ ਰਹੀਆਂ ਨੇ, ਵਡਿਆਈ ਕਰ ਰਹੀਆਂ ਨੇ। ਕਲਗੀਧਰ ਪਾਤਸ਼ਾਹ ਐਸੇ ਨੇ, ਜੇ ਗੁਰਸਿੱਖ ਅਰਦਾਸ ਕਰੇ ਤਾਂ ਉਹ ਤਤ ਛਿਨ ਉਸੇ ਸਮੇਂ ਆਪਣੇ ਸੇਵਕ ਦੀ ਸਹਾਇਤਾ ਕਰਦੇ ਨੇ। ਮੇਰੇ ਗੁਰਾਂ ਨੂੰ ਸੁਨੇਹਾ ਲੈ ਜਾਵੀਂ ਓਏ ਹੇਮਕੁੰਟ ਜਾਣ ਵਾਲਿਆ, ਸੰਗਤਾਂ ਦੇ ਚਰਨਾਂ ਦੀ ਧੂੜੀ ਮੈਂ ਦਾਤਿਆਂ ਬਣ ਜਾਵਾਂ, ਚੰਦਨ ਦੀ ਅਰਦਾਸ ਬੇਨਤੀ ਭਵ ਸਾਗਰ ਚੋਂ ਤਰ ਜਾਵਾਂ, ਤੇਰੀ ਮਹਿਮਾ ਨੂੰ ਗਾਵਾਂ ਮੇਰੇ ਪਿਆਰਿਆ ਸਿੱਧੇ ਰਾਹ ਪਾਉਣ ਵਾਲਿਆ। ਗੁਰਾਂ ਨੂੰ ਸੁਨੇਹਾ ਲੈ ਜਾਵੀਂ ਓਏ ਹੇਮਕੁੰਟ ਜਾਣ ਵਾਲਿਆ। ਹੇਮਕੁੰਟ ਨੂੰ ਪਿਆਰੇ ਜਾਣ ਵਾਲਿਆ, ਪਿਆਰੀ ਜਾਨ।